ਜਲੰਧਰ ਕੈਂਟ ਵਿੱਚ ਵੀ ਵਜਰਾ ਕੋਰ ਵੱਲੋਂ ਛੇਤਰਵੇਂ ਸੈਨਾ ਦਿਵਸ ਦੇ ਨਾਲ ਨਾਲ 8ਵਾਂ ਸਾਬਕਾ ਸੈਨਿਕ ਦਿਵਸ ਪੂਰੀ ਉਤਸ਼ਾਹ ਨਾਲ ਮਨਾਇਆ ਗਿਆ ਜਲੰਧਰ ਵਿੱਚ ਸਮਾਗਮ ਦੀ ਸ਼ੁਰੂਆਤ ਵਜਰਾ ਸ਼ੌਰਯ ਸਥਲ ਤੇ ਰਸਮੀ ਤੌਰ ਤੇ ਵਜਰਾ ਕੋਰ ਦੇ ਜੀਓਸੀ ਲੈਫਟੀਨੈਂਟ ਜਨਰਲ ਵਿਜੇ ਬੀ ਨਾਰ ਨੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਕੀਤੀ ਇਸ ਮੌਕੇ ਤੇ ਤਿੰਨਾਂ ਸੈਨਾਵਾਂ ਦੇ ਸੀਨੀਅਰ ਵੈਟਨਰਸ ਵੱਲੋਂ ਵੀ ਸ਼ੌਰਯ ਸਥਲ ਤੇ ਫੁੱਲ ਮਲਾਵਾ ਭੇਂਟ ਕੀਤੀਆਂ ਗਈਆਂ ਬਾਦ ਵਿੱਚ वजਰਾ ਸੈਨਿਕ ਇੰਸਟੀਚਿਊਟ ਵਿਖੇ ਸਾਬਕਾ ਸੈਨਿਕ ਮਿਲਣੀ ਆਯੋਜਨ ਕੀਤਾ ਗਿਆ ਲੈਫਟੀਨੈਂਟ ਜਰਨਲ ਵਿਜੇਵੀਨਾਰ ਨੇ ਸਾਬਕਾ ਸੈਨਿਕਾਂ ਤੇ ਉਹਨਾਂ ਦੇ ਆਸ਼ਰਿਤਾਂ ਨੂੰ ਲਾਹ ਪਹੁੰਚਾਉਣ ਵਾਲੀਆਂ ਵੱਖ-ਵੱਖ ਫਲਾਈ ਸਕੀਮਾਂ ਵਿੱਚ ਸੁਧਾਰ ਲਿਆਉਣ ਤੇ ਉਹਨਾਂ ਨੂੰ ਅਪਗ੍ਰੇਡ ਕਰਨ ਲਈ ਮੰਤਰਾਲਾ ਤੇ ਸੈਨਾ ਹੈੱਡਕੁਆਰਟਰ ਵੱਲੋਂ ਕੀਤੀਆਂ ਗਈਆਂ ਨਵੀਨਤਮ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ਤੇ জিওসি ਨੇ ਵੱਖ-ਵੱਖ ਸਰਕਾਰੀ ਅਤੇ కార్ਪੋਰੇਟ ਵਿਭਾਗਾਂ ਵਿੱਚ ਨੌਕਰੀਆਂ ਪ੍ਰਾਪਤ ਕਰਨ ਵਾਲੇ ਸੇਵਾਮੁਕਤ ਫੌਜੀਆਂ ਨੂੰ ਉਹਨਾਂ ਦੇ ਸਰਟੀਫਿਕੇਟ ਵੰਡੇ। ਜਿਸਕਾ ਯੂਕੇ ਕੀ ਸਾਲ 2017 ਵਿੱਚ ਸਾਬਕਾ ਸੈਨਿਕ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਇਹ ਪ੍ਰੋਗਰਾਮ ਤਿੰਨਾਂ ਸੈਨਾਵਾਂ ਵੱਲੋਂ ਆਪਣੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਲਈ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ ਦੇਸ਼ ਦੀ ਨਿਰਸਵਾਰਥ ਸੇਵਾ ਵਿੱਚ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਸਮਾਗਮ ਦੌਰਾਨ ਵੱਖ-ਵੱਖ ਸ਼ਹਿਰਾਂ ਤੋਂ ਪੁੱਜੀ ਸਾਬਕਾ ਸੈਨਿਕਾਂ ਨੇ ਸਰਕਾਰ ਅਤੇ ਫੌਜ ਵੱਲੋਂ ਉਹਨਾਂ ਦੀ ਅਪਲਾਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਲਈ ਧੰਨਵਾਦ ਕੀਤਾ ਤੇ ਜਵਾਨ ਨੂੰ ਸੈਨਾਪਰティ ਲਈ ਗਿਆ ਹੁੰਦਾ ਸੱਤ ਦਿੱਤਾ ਸੱਜੇ ਅੱਜ ਐਕਚੁਅਲੀ ਆਰਮੀ ਡੇ ਹੈਗਾ ਔਰ ਕੱਲ ਵੈਟਰਨਸ ਡੇ ਸੀਗਾ ਜਿਹੜਾ ਤੁਹਾਨੂੰ ਸਟੇਜ ਤੋਂ ਦੱਸਿਆ ਕਿ ਜਨਰਲ ਕਰਿਆਪਾ ਲੈਟਰਨ ਫੀਲਡ ਮਾਸਟਰ ਕਰਿਆਪਾ ਉਹਨਾਂ ਦੇ ਟੇਕਓਵਰ ਕਰਨ ਦੇ ਟਾਈਮ ਔਰ ਰਿਟਾਇਰਮੈਂਟ ਦੇ ਉਹਨੂੰ ਉਪਲਖੇ ਮਨਾਉਣ ਲਈ ਹੈਗਾ ਔਰ ਇਹਨਾਂ ਦਿਨਾਂ ਦਾ ਮਤਲਬ ਖਾਸ ਕਰਕੇ ਆਰਮੀ ਦਾ ਇਹ ਹੈ ਕਿ ਆਪਣੇ ਸਾਰੇ ਪੁਰਾਣੇ ਲੋਕਾਂ ਦੀਆਂ ਸ਼ਹੀਦੀਆਂ ਯਾਦ ਕਰਨੀਆਂ ਔਰ ਅੱਜ ਦੇ ਟਾਈਮ ਸਾਰੇ ਦੇਸ਼ ਦੀ ਪਬਲਿਕ ਨੂੰ ਜੋੜਨਾ ਔਰ ਪਤਾ ਕਰਨਾ ਕਿ ਕਿੱਦਾਂ ਹਾਰਡ ਕੰਡੀਸ਼ਨ ਚ ਰਹਿ ਕੇ ਆਰਮੀ ਦੇਸ਼ ਦੀ ਸੇਵਾ ਕਰ ਰਿਹਾ ਵਜੜਾ ਕੋਰ ਵੱਲੋਂ ਅੱਜ ਮਿਲਟਰੀ ਮੀਡੀਆ ਮੇਲਜੋਲ ਲਈ ਪੱਤਰਕਾਰਾਂ ਨਾਲ ਇੱਕ ਗੈਰ ਰਸਮੀ ਮਿਲਣੀ ਦਾ ਆਯੋਜਨ ਵੀ ਕੀਤਾ ਗਿਆ ਇਸ ਰਾਨੇ ਬੀਜੀਐਸ ਸਤੇ ਕਰਨਲ ਆਈ ਡਬਲਯੂ ਨੇ ਪੱਤਰਕਾਰਾਂ ਦਾ ਫੌਜ ਵੱਲੋਂ ਕੀਤੀਆਂ ਚਾਹੰਦੀਆਂ ਵੱਖ-ਵੱਖ ਗਤੀਵਿਧੀਆਂ ਨੂੰ ਵਧੀਆ ਢੰਗ ਨਾਲ ਜਨਤਾ ਤੱਕ ਪਹੁੰਚਾਉਣ ਲਈ ਧੰਨਵਾਦ ਕੀਤਾ